ਪੱਕਣ ਕਿਨਾਰੇ ਆਈ ਕਣਕ ਦੀ ਫਸਲ ਤੇ ਗੁੱਲੀ ਡੰਡੇ ਦੇ ਹਮਲੇ ਕਾਰਨ ਕਿਸਾਨ ਡਾਢੇ ਪਰੇਸ਼ਾਨ ਦਿਖਾਈ ਦੇ ਰਹੇ ਨੇ। ਮਹਿੰਗੇ ਭਾਅ ਦੀਆਂ ਨਦੀਨ ਨਾਸ਼ਕ ਦਵਾਈਆਂ ਦਾ ਛਿੜਕਾਅ ਕਰਨ ਦੇ ਬਾਵਜੂਦ ਵੀ ਕਣਕ ਦੀ ਫਸਲ 'ਚੋਂ ਗੁੱਲੀ ਡੰਡਾ ਨਾ ਮਰਨ ਕਾਰਨ ਕਿਸਾਨ ਚਿੰਤਾ 'ਚ ਡੁੱਬੇ ਦਿਖਾਈ ਦੇ ਰਹੇ ਨੇ। ਕਿਸਾਨਾਂ ਦਾ ਦੱਸਣਾ ਹੈ ਕਿ ਗੁੱਲੀ ਡੰਡੇ ਦੇ ਖਾਤਮੇ ਲਈ ਉਹਨਾਂ ਵੱਲੋਂ 4-4 ਵਾਰੀ ਛਿੜਕਾਅ ਕਰਨ ਦੇ ਬਾਵਜੂਦ ਵੀ ਗੁੱਲੀ ਡੰਡੇ ਨੇ ਕਣਕ ਦੀ ਫਸਲ ਨੂੰ ਦੱਬ ਲਿਆ। ਖੇਤੀਬਾੜੀ ਵਿਭਾਗ ਨੇ ਜਿਹੜੀਆਂ ਦਵਾਈਆਂ ਦਿੱਤੀਆਂ ਜ਼ਿਮੀਦਾਰ ਨੂੰ, ਯਾਨੀ ਕਿ ਲੀਡਰ ਜਾਂ ਟੋਪ, ਉਹਨਾਂ ਦਵਾਈਆਂ ਨੇ ਐਕਾ ਕੰਮ ਨਹੀਂ ਕੀਤਾ। ਹਾਂਜੀ, 4-4 ਸਪਰੇਵਾਂ ਹੋ ਗਈਆਂ, ਨਾਲ 240 ਪਾ ਕੇ ਤਕਰੀਬਨ 3200-3300 ਰੁਪਈਆ ਜ਼ਿਮੀਦਾਰ ਦਾ ਖਰਚਾ ਹੋ ਗਿਆ। ਹਜੇ ਤੱਕ ਇਹਦੀ ਰੋਕਥਾਮ ਨਹੀਂ ਹੋਈ ਹੈ। ਬਹੁਤ ਵੱਡੀ ਪ੍ਰੋਬਲਮ ਹੈ ਜ਼ਿਮੀਦਾਰ ਨੂੰ, ਇਹਦੇ ਨਾਲ ਝਾੜ ਬਹੁਤ ਘਟਣ ਦੀ ਸੰਭਾਵਨਾ ਜੀ ਬਹੁਤ ਜ਼ਿਆਦਾ ਹੋਇਆ। 4 ਸਪਰੇਵਾਂ ਕੀਤੀਆਂ, 4 ਸਪਰੇਵਾਂ ਦਾ ਕੋਈ ਅਸਰ ਨਹੀਂ ਹੋਇਆ। 700 ਰੁਪਈਏ ਦੀ ਇੱਕ ਵਾਰੀ ਦਵਾਈ ਪਾਈ ਹੈ, 4 ਵਾਰੀ ਲਾ ਲਓ ਕਿੰਨੇ ਦੀ, 3200 ਰੁਪਈਏ ਦੀ ਹੈ, ਅਤੇ ਕੋਈ ਫਾਇਦਾ ਨਹੀਂ ਹੋਇਆ ਇਹਦਾ। ਕਿਸਾਨਾਂ ਦੇ ਮਨਾਂ ਵਿੱਚ ਮੁੜ ਉਸ ਸ਼ੱਕ ਨੇ ਘਰ ਕਰ ਲਿਆ ਕਿ ਨਦੀਨਾਂ ਦੇ ਨਾ ਮਾਰੇ ਜਾਣ ਦਾ ਕਾਰਨ ਕਿਤੇ ਕੀਟਨਾਸ਼ਕਾਂ ਦਾ ਨਕਲੀ ਹੋਣਾ ਤਾਂ ਨਹੀਂ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਇਸ ਵਾਰੀ ਨਦੀਨ ਨਾਸ਼ਕ ਦਵਾਈਆਂ ਦਾ ਅਸਰਦਾਰ ਨਾ ਹੋਣਾ ਚਿੰਤਾ ਦਾ ਵਿਸ਼ਾ ਹੈ, ਜਿਸ ਕਾਰਨ ਨਦੀਨ ਪੂਰੀ ਤਰ੍ਹਾਂ ਨਾਲ ਖਤਮ ਨਹੀਂ ਹੋਏ। ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਜਿਹੜੀਆਂ ਦਵਾਈਆਂ ਨੇ ਨਦੀਨ ਨਾਸ਼ਕ ਦਵਾਈਆਂ, ਉਹਦੀ ਜਿਹੜੀ ਕੁਆਲਿਟੀ ਹੈ ਉਹ ਘਟੀਆ ਕੁਆਲਿਟੀ ਦੀਆਂ ਹੋਣ ਕਾਰਨ ਬਹੁਤ ਸਾਰੇ ਕਿਸਾਨਾਂ ਨੇ ਦੋ ਵਾਰੀ ਸਪਰੇਹਾਂ ਕਰਤੀਆਂ, ਹੱਥ ਖੜ੍ਹੇ ਹੋ ਗਏ ਜਦੋਂ ਉਦੋਂ ਸਪਰੇਹਾਂ ਕਰਨ ਨੂੰ ਹਟੇ ਨੇ। ਸਪਰੇਹਾਂ ਕਰਨ ਦੇ ਬਾਵਜੂਦ ਐਤਕੀ ਵੱਡੀ ਪੱਧਰ 'ਤੇ ਜਿਹੜਾ ਹੈਗਾ ਗੁੱਲੀ ਡੰਡਾ ਖੇਤਾਂ ਦੇ ਵਿੱਚ ਖੜ੍ਹਾ ਹੈ। ਅਸੀਂ ਸਮਝਦੇ ਹਾਂ ਇਹ ਖੇਤੀਬਾੜੀ ਮਹਿਕਮੇ ਦੀ ਨਲਾਇਕੀ ਹੈ। ਸਾਨੂੰ ਕਿਸਾਨਾਂ ਨੂੰ ਤਾਂ ਚਲੋ ਭਾਅ ਤਾਂ ਜਿਹੜਾ ਦੇਣਾ ਸਰਕਾਰ ਨੇ ਦੇਣਾ, ਪਰ ਜਿਹੜੀ ਆਹ ਵਿਗਿਆਨੀਆਂ ਦੀ ਖੇਤੀਬਾੜੀ ਮਹਿਕਮੇ ਦੀ ਜਿਹੜੀ ਡਿਊਟੀ ਹੈ ਕਿਸਾਨਾਂ ਨੂੰ ਬੀਜ ਵਧੀਆ ਦਵਾਉਣਾ, ਨਦੀਨ ਨਾਸ਼ਕ ਦਵਾਈਆਂ ਵਧੀਆ ਦਵਾਉਣੀਆਂ, ਕੀੜੇ ਮਾਰ ਦਵਾਈਆਂ ਜਿਹੜੀਆਂ ਉਹ ਵਧੀਆ ਹੋਣ, ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਿਹੜੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਗੁੱਲੀ ਡੰਡਾ ਸਪਰੇਹਾਂ ਕਰਨ ਦੇ ਬਾਵਜੂਦ ਮਰਿਆ ਨਹੀਂ, ਉਹਨਾਂ ਦੀ ਆਰਥਿਕ ਸਹਾਇਤਾ ਕੀਤੀ ਜਾਵੇ। ਗਾਹਾਂ ਵਾਸਤੇ ਜਿਹੜੀਆਂ ਨਦੀਨ ਨਾਸ਼ਕ ਕੀਟਨਾਸ਼ਕ ਦਵਾਈਆਂ ਅਤੇ ਬੀਜ ਆ ਜਿਹੜੇ ਉਸ ਕਿਸਾਨਾਂ ਨੂੰ ਸੁਧਰੇ ਮਿਲਣ, ਤਾਂ ਕੋਈ ਜਿਹੜਾ ਕਿਸਾਨ ਦਾ ਆਰਥਿਕ ਨੁਕਸਾਨ ਉਹਦਾ ਨਾ ਹੋ। ਇੱਕ ਪਾਸੇ ਸਾਰੇ ਕਿਸਾਨ ਸਰਕਾਰ ਤੋਂ ਦੁਖੀ ਨਜ਼ਰ ਆ ਰਹੇ ਨੇ, ਦੂਜੇ ਪਾਸੇ ਇਹਨਾਂ ਉੱਤੇ ਗੁੱਲੀ ਡੰਡੇ ਦੀ ਮਾਰ ਨੇ ਵੀ ਇਹਨਾਂ ਨੂੰ ਕਾਫ਼ੀ ਨਿਰਾਸ਼ ਕੀਤਾ। ਕਿਸਾਨ ਭਰਾਵਾਂ ਨੂੰ ਹਰੇਕ ਕੈਂਪ 'ਚ ਅਸੀਂ ਦੱਸਦੇ ਹੁੰਦੇ ਹਾਂ ਵੀ ਜਿਹੜਾ ਗੁੱਲੀ ਡੰਡਾ ਇਹ ਬੜੀ ਨਾਮੁਰਾਦ ਬਿਮਾਰੀ ਹੈ, ਇਹਨੂੰ ਜਿਹੜਾ ਕੰਟਰੋਲ ਕਰਨਾ ਬਹੁਤ ਔਖਾ ਹੋ ਰਿਹਾ। ਸਭ ਤੋਂ ਪਹਿਲਾਂ ਤਾਂ ਜਿਹੜੀ ਸਾਡਾ ਗੁੱਲੀ ਡੰਡਾ ਇਹਦੇ ਵਿੱਚ ਇੱਕ ਤਰ੍ਹਾਂ ਦੀ ਕੈਮੀਕਲ ਦੇ ਅਗੇਂਸਟ ਸ਼ਕਤੀ ਵੱਧ ਗਈ ਹੈ, ਰਜਿਸਟੈਂਸ ਆਈ ਵੀ ਹੈ, ਇਹਨੂੰ ਮਾਰਨਾ ਬਹੁਤ ਔਖਾ ਹੈ। ਅਤੇ ਪਰ ਫਿਰ ਵੀ ਜੇ ਤੁਸੀਂ ਸਾਡੀਆਂ ਸਿਫਾਰਿਸ਼ਾਂ ਮੁਤਾਬਕ ਜਿਹੜੀਆਂ ਅਸੀਂ ਦਵਾਈਆਂ ਦੱਸਦੇ ਹਾਂ ਉਹਨਾਂ ਦਾ ਜੇ ਤੁਸੀਂ ਵਧੀਆ ਢੰਗ ਨਾਲ ਸਪਰੇਅ ਕਰਕੇ ਪੂਰਾ ਪਾਣੀ ਪਾ ਕੇ ਅਤੇ ਛੋਟੇ ਹੁੰਦੇ ਤਾਂ 35 ਦਿਨਾਂ ਦੇ ਵਿੱਚ ਇਹਨਾਂ ਦੇ ਸਪਰੇਅ ਕਰੋਗੇ ਅਤੇ ਗੁੱਲੀ ਡੰਡਾ ਦਾ ਕੰਟਰੋਲ ਹੋ ਜਾਂਦਾ ਈਜ਼ੀਲੀ। ਜਿਹੜੀ ਹੈਗੀ ਤੁਸੀਂ ਗੱਲ ਕਹਿੰਦੇ ਹਾਂ ਨਕਲੀ ਕੀਟਨਾਸ਼ਕ, ਕੋਈ ਨਹੀਂ ਹੁੰਦਾ ਗਾ ਕੀਟਨਾਸ਼ਕ ਜਾਂ ਜਿਹੜੇ ਹੈਗੇ ਕੋਈ ਨਦੀਨ ਨਾਸ਼ਕ ਆ ਇਹ ਸਬ ਸਟੈਂਡਰਡ ਹੋ ਸਕਦੇ ਆ, ਅਤੇ ਪਰ ਉਹਨਾਂ ਲਈ ਅਸੀਂ ਸਾਡੀ ਜਿਹੜੀ ਮੁਹਿੰਮ ਲਗਾਤਾਰ ਡਿਸਟ੍ਰਿਕਟ ਲੈਵਲ ਅਤੇ ਬਲਾਕ ਲੈਵਲ 'ਤੇ ਲਗਾਤਾਰ ਸੈਂਪਲਿੰਗ ਹੁੰਦੀ ਰਹਿੰਦੀ ਹੈ, ਔਰ ਉਹਨਾਂ ਦੇ ਸੈਂਪਲਿੰਗ ਟੈਸਟ ਹੋਣ ਸਾਡੀ ਲੈਬੋਰਟਰੀ 'ਚ ਭੇਜਦੇ ਆ। ਜਦੋਂ ਉਹ ਸੈਂਪਲ ਟੈਸਟ ਆ ਕੇ ਹੁੰਦੇ ਫੇਲ ਹੋ ਕੇ ਹੁੰਦੇ ਆ, ਉਹਨਾਂ 'ਤੇ ਜੋ ਵੀ ਕਾਨੂੰਨੀ ਕਾਰਵਾਈ ਹੁੰਦੀ ਹੈ ਉਹ ਸਾਡੇ ਵੱਲੋਂ ਕੀਤੀ ਜਾਂਦੀ। ਵੇਖਣਾ ਹੋਵੇਗਾ ਕਿ ਸਰਕਾਰ ਵੱਲੋਂ ਇਹਨਾਂ ਦੀ ਇਸ ਸਮੱਸਿਆ ਦਾ ਹੱਲ ਕੀਤਾ ਜਾਂਦਾ ਹੈ ਜਾਂ ਫਿਰ ਇਹਨਾਂ ਦੇ ਚਿਹਰਿਆਂ 'ਤੇ ਨਿਰਾਸ਼ਾ ਹੀ ਵੇਖੀ ਜਾਏਗੀ। ਮਾਨਸਾ ਤੋਂ ਕੁਲਜੀਤ ਸਿੱਧੂ, D5 ਚੈਨਲ ਪੰਜਾਬੀ।